ਇਹ ਸਰ ਸਾਡੀ ਨਾ ZHL ਕੰਪਨੀ ਹੈ, ਇਹ ਲਗਾਤਾਰ ਮੁਲਾਜ਼ਮਾਂ ਦਾ ਸ਼ੋਸ਼ਣ ਕਰ ਰਹੀ ਹੈ। ਇਹ 'ਚ ਅਸੀਂ 16 ਤਰੀਕ ਤੋਂ ਕਲਮ ਛੋੜ ਅਤੇ 21-22 ਤਰੀਕ ਤੋਂ ਭੁੱਖ ਹੜਤਾਲ 'ਤੇ ਸਾਡੇ ਦੂਜੇ ਜ਼ਿਲ੍ਹੇ ਬੈਠੇ ਸੀ, ਉਹਦੇ ਨਾਲ ਸਾਡੇ ਸਮਰਥਨ 'ਤੇ ਸਾਰੇ ਅੱਜ ਪੰਜਾਬ 'ਚ 108 ਯੂਨੀਅਨ ਦੀ ਭੁੱਖ ਹੜਤਾਲ 'ਤੇ ਅਸੀਂ ਵੀ ਸ਼ਾਮਲ ਹਾਂ। ਇਹ ਅਣਮਿੱਥੇ ਸਮੇਂ ਲਈ ਹੈ ਜਦੋਂ ਤੱਕ ਸਾਡਾ ਕੋਈ ਹੱਲ ਨਹੀਂ ਹੁੰਦਾ। ਇਹ ਸਾਡੀ ਆਫ ਡਿਊਟੀ ਮੁਲਾਜ਼ਮਾਂ ਦੀ ਹੈ, ਇਹ ਜਿਹੜੀ ਔਨ ਡਿਊਟੀ ਹੈ ਸਾਡੀ ਮੁਲਾਜ਼ਮ ਉਹ ਗੱਡੀਆਂ 'ਤੇ ਉਸੇ ਤਰ੍ਹਾਂ ਸਰਵਿਸ ਪ੍ਰੋਵਾਈਡ ਕਰੀ ਜਾਂਦੇ ਆ। ਇਹ ਜੀ ਲਗਾਤਾਰ ਕੰਪਨੀ ਹੈ ਜਿਹੜੀ ਪੰਜਾਬ ਸਰਕਾਰ ਨੂੰ ਚੂਨਾ ਲਾ ਰਹੀ ਹੈ। ਇਹ ਇੱਕ ਗੱਡੀ ਦਾ ਇਹਨਾਂ ਨੂੰ 1,45,000 ਰੁਪਇਆ ਮਿਲਦਾ, ਕਈ ਗੱਡੀਆਂ ਕੰਡਮ ਹੈ, ਖੜ੍ਹੇ ਪੈਸਾ ਉਹਨਾਂ ਦਾ ਖਾਈ ਜਾਂਦੀ ਹੈ। ਅਤੇ 2010-11 ਦੀ ਇਹ ਸਰਵਿਸ ਚੱਲ ਰਹੀ ਹੈ, ਨਾ ਤਾਂ ਉਦੋਂ 9700 ਰੁਪਈਆ ਸਾਡੀ ਸੈਲਰੀ ਸੀ ਅਤੇ ਅੱਜ ਵੀ 9700 ਹੀ ਹੈ। ਉਸ ਤੋਂ ਬਾਅਦ ਇਹ ਮੰਨ ਲਓ ਤੁਸੀਂ ਆਪ ਤੁਹਾਡੇ ਭਾਈ ਅਸੀਂ ਕਹਿਣਾ ਚਾਹੁੰਦੇ ਹਾਂ, ਐਂਬੂਲੈਂਸ ਦੀ ਕੋਈ ਰਫ਼ਤਾਰ ਹੁੰਦੀ ਹੈ, ਇਹ ਸਾਡੇ ਤੋਂ 60 ਦੀ ਸਪੀਡ ਲੈਂਦੇ ਆ, 60 ਤੋਂ ਵੱਧ ਨਹੀਂ ਚਲਾਉਣੀ। ਜੇਕਰ ਇਸ ਤੋਂ ਵੱਧ ਚਲਾਉਂਦੇ ਆ ਕੋਈ ਵੀ ਸਾਡਾ ਪਾਇਲਟ, ਜੇ ਕੋਈ ਐਮਰਜੈਂਸੀ ਆਉਂਦੀ ਹੈ, ਇਹ ਕਹਿੰਦੇ ਪੇਸ਼ੈਂਟ ਨੂੰ ਸਾਨੂੰ ਕੋਈ ਮਤਲਬ ਨਹੀਂ, ਸਾਨੂੰ ਐਵਰੇਜ ਨਾਲ ਆ, ਸਾਨੂੰ 13-14 ਦੀ ਐਵਰੇਜ ਦਿਓ। ਉਹ 'ਚ ਇਹਨਾਂ ਨੇ ਪਾਇਲਟਾਂ ਨੂੰ ਟਰਮੀਨੇਸ਼ਨ ਭੇਜ ਦਿੱਤੇ ਵੀ ਸਾਨੂੰ ਐਵਰੇਜ ਦੀ ਮਤਲਬ ਹੈ ਬਸ। ਇਹ ਕੰਮ ਸਰਵਿਸ ਤਾਂ ਬਹੁਤ ਲੰਬੇ ਸਮੇਂ ਤੋਂ ਕਰਵਾਉਂਦੇ ਆ, ਤਾਂ ਕੰਮ ਵੀ ਇਹ ਕੋਈ ਪ੍ਰੋਪਰ ਏਜੰਸੀ ਵਗੈਰਾ ਤੋਂ ਨਹੀਂ ਕਰਾਉਂਦੇ, ਅਦਰ ਕੋਈ ਮਿਸਤਰੀ ਲੈ ਕੇ ਸਿਰਫ ਟੈਂਪਰੇਰੀ ਕੰਮ ਕਰਾ ਰਹੇ ਆ। ਸਰ ਇਹ ਐਕਚੁਲੀ ਨਾ ਕੰਪਨੀ ਜਿਹੜੀ ਨੂੰ ਠੇਕਾ ਮਿਲਿਆ 108 ਐਂਬੂਲੈਂਸ ਸਰਵਿਸ ਚਲਾਉਣ ਦਾ, ਇਹ ਲਗਾਤਾਰ ਮੁਲਾਜ਼ਮਾਂ ਨੇ ਧੱਕੇਸ਼ਾਹੀ ਕਰ ਰਹੀ ਹੈ ਅਤੇ ਪੰਜਾਬ ਸਰਕਾਰ ਨੂੰ ਚੂਨਾ ਲਾ ਰਹੀ ਹੈ ਕੰਪਨੀ। ਮੰਗਾਂ ਸਾਡੀਆਂ ਇਹ ਹੈ ਜੀ, 2010 ਤੋਂ ਕੰਪਨੀ ਸਰਵਿਸ ਚਲਾ ਰਹੀ ਹੈ ਅਤੇ ਉਸ ਤੋਂ ਜੋ ਸੈਲਰੀ ਉਦੋਂ ਦੀ ਮਿਲ ਰਹੀ ਉਹੀ ਹੁਣ ਮਿਲ ਰਹੀ ਹੈ, ਅਤੇ ਸਾਨੂੰ ਕੋਈ ਇੰਕਰੀਮੈਂਟ ਨਹੀਂ ਮਿਲ ਰਿਹਾ ਹੈਗਾ। ਅਤੇ ਜੇ ਕੋਈ ਕਿਸੇ ਤੋਂ ਮਾੜੀ ਮੋਟੀ ਕੋਈ ਗਲਤੀ ਹੁੰਦੀ ਹੈ ਉਹਦੇ ਵਿੱਚ ਕੰਪਨੀ ਦੂਰ ਦੀਆਂ ਬਦਲੀਆਂ ਕਰ ਰਹੀ ਜਾਂ ਟਰਮੀਨੇਸ਼ਨਾਂ ਕਰ ਰਹੀ ਹੈ। ਕੰਪਨੀ ਕਹਿ ਰਹੀ ਹੈ ਡਰਾਈਵਰਾਂ ਨੂੰ ਤੁਸੀਂ ਐਵਰੇਜ ਦਿਓ, ਕਿਉਂਕਿ ਐਂਬੂਲੈਂਸ ਦੀ ਕੋਈ ਐਵਰੇਜ ਨਹੀਂ ਹੋ ਸਕਦੀ ਗੀ। ਸਰ ਕੁਛ ਮੀਟਿੰਗਾਂ ਹੋਈਆਂ ਪਰ ਕੰਪਨੀ ਲਗਾਤਾਰ ਆਪਣਾ ਕੰਪਨੀ ਹਰ ਵਾਰ ਮੀਟਿੰਗ ਬੁਲਾ ਕੇ ਉਸ 'ਤੇ ਕੋਈ ਠੋਸ ਕਦਮ ਨਹੀਂ ਉਠਾਉਂਦੀ ਗੀ, ਲਗਾਤਾਰ ਸਾਨੂੰ ਲਾਰੇ ਲੱਪੇ ਲਾ ਰਹੀ ਹੈ। ਐਕਚੁਲੀ ਸਰ ਇਹ ਨਾ ਗਿਣਤੀ ਵੱਧਦੀ ਘੱਟਦੀ ਰਹਿੰਦੀ ਹੈ, ਕੋਈ ਗੱਡੀ ਕੰਡਮ ਲਗਭਗ 70 ਦੇ ਕਰੀਬ ਕੰਡਮ ਗੱਡੀਆਂ ਜਿਹੜੀਆਂ ਪੰਜਾਬ ਚੱਲ ਰਹੀਆਂ ਅਤੇ ਕੰਡਮਾਂ ਦਾ ਵੀ ਪੈਸਾ ਖਾ ਰਹੀ ਆ, ਕਈ ਗੱਡੀਆਂ 'ਤੇ ਜਿਵੇਂ ਖੜ੍ਹੀ ਆ ਉਹਨਾਂ 'ਤੇ ਵੀ ਸਰਕਾਰ ਤੋਂ ਪੈਸਾ ਲੈ ਰਹੀ ਆ ਪਰ ਸਰਵਿਸ ਨਹੀਂ ਪ੍ਰੋਵਾਈਡ ਕਰਵਾ ਰਹੀ ਲੋਕਾਂ ਨੂੰ। ਇਹ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸਾਡੀ ਸ਼ੁਰੂ ਹੋਈ ਹੈ, ਬਾਕੀ ਜ਼ਿਲ੍ਹਿਆਂ 'ਚ 23 ਤਰੀਕ ਤੋਂ ਚੱਲ ਰਹੀ ਸੀਗੀ ਅਤੇ ਆਪਣੇ ਮੁਕਤਸਰ ਜ਼ਿਲ੍ਹੇ ਨੇ ਅੱਜ ਤੋਂ ਉਹਨਾਂ ਦੇ ਸਮਰਥਨ 'ਚ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਇਹ ਸਰ ਸਾਡੀ ਨਾ ZHL ਕੰਪਨੀ ਹੈ, ਇਹ ਲਗਾਤਾਰ ਮੁਲਾਜ਼ਮਾਂ ਦਾ ਸ਼ੋਸ਼ਣ ਕਰ ਰਹੀ ਹੈ। ਇਹ 'ਚ ਅਸੀਂ 16 ਤਰੀਕ ਤੋਂ ਕਲਮ ਛੋੜ ਅਤੇ 21-22 ਤਰੀਕ ਤੋਂ ਭੁੱਖ ਹੜਤਾਲ 'ਤੇ ਸਾਡੇ ਦੂਜੇ ਜ਼ਿਲ੍ਹੇ ਬੈਠੇ ਸੀ, ਉਹਦੇ ਨਾਲ ਸਾਡੇ ਸਮਰਥਨ 'ਤੇ ਸਾਰੇ ਅੱਜ ਪੰਜਾਬ 'ਚ 108 ਯੂਨੀਅਨ ਦੀ ਭੁੱਖ ਹੜਤਾਲ 'ਤੇ ਅਸੀਂ ਵੀ ਸ਼ਾਮਲ ਹਾਂ। ਇਹ ਅਣਮਿੱਥੇ ਸਮੇਂ ਲਈ ਹੈ ਜਦੋਂ ਤੱਕ ਸਾਡਾ ਕੋਈ ਹੱਲ ਨਹੀਂ ਹੁੰਦਾ। ਇਹ ਸਾਡੀ ਆਫ ਡਿਊਟੀ ਮੁਲਾਜ਼ਮਾਂ ਦੀ ਹੈ, ਇਹ ਜਿਹੜੀ ਔਨ ਡਿਊਟੀ ਹੈ ਸਾਡੀ ਮੁਲਾਜ਼ਮ ਉਹ ਗੱਡੀਆਂ 'ਤੇ ਉਸੇ ਤਰ੍ਹਾਂ ਸਰਵਿਸ ਪ੍ਰੋਵਾਈਡ ਕਰੀ ਜਾਂਦੇ ਆ। ਇਹ ਜੀ ਲਗਾਤਾਰ ਕੰਪਨੀ ਹੈ ਜਿਹੜੀ ਪੰਜਾਬ ਸਰਕਾਰ ਨੂੰ ਚੂਨਾ ਲਾ ਰਹੀ ਹੈ। ਇਹ ਇੱਕ ਗੱਡੀ ਦਾ ਇਹਨਾਂ ਨੂੰ 1,45,000 ਰੁਪਇਆ ਮਿਲਦਾ, ਕਈ ਗੱਡੀਆਂ ਕੰਡਮ ਹੈ, ਖੜ੍ਹੇ ਪੈਸਾ ਉਹਨਾਂ ਦਾ ਖਾਈ ਜਾਂਦੀ ਹੈ। ਅਤੇ 2010-11 ਦੀ ਇਹ ਸਰਵਿਸ ਚੱਲ ਰਹੀ ਹੈ, ਨਾ ਤਾਂ ਉਦੋਂ 9700 ਰੁਪਈਆ ਸਾਡੀ ਸੈਲਰੀ ਸੀ ਅਤੇ ਅੱਜ ਵੀ 9700 ਹੀ ਹੈ। ਉਸ ਤੋਂ ਬਾਅਦ ਇਹ ਮੰਨ ਲਓ ਤੁਸੀਂ ਆਪ ਤੁਹਾਡੇ ਭਾਈ ਅਸੀਂ ਕਹਿਣਾ ਚਾਹੁੰਦੇ ਹਾਂ, ਐਂਬੂਲੈਂਸ ਦੀ ਕੋਈ ਰਫ਼ਤਾਰ ਹੁੰਦੀ ਹੈ, ਇਹ ਸਾਡੇ ਤੋਂ 60 ਦੀ ਸਪੀਡ ਲੈਂਦੇ ਆ, 60 ਤੋਂ ਵੱਧ ਨਹੀਂ ਚਲਾਉਣੀ। ਜੇਕਰ ਇਸ ਤੋਂ ਵੱਧ ਚਲਾਉਂਦੇ ਆ ਕੋਈ ਵੀ ਸਾਡਾ ਪਾਇਲਟ, ਜੇ ਕੋਈ ਐਮਰਜੈਂਸੀ ਆਉਂਦੀ ਹੈ, ਇਹ ਕਹਿੰਦੇ ਪੇਸ਼ੈਂਟ ਨੂੰ ਸਾਨੂੰ ਕੋਈ ਮਤਲਬ ਨਹੀਂ, ਸਾਨੂੰ ਐਵਰੇਜ ਨਾਲ ਆ, ਸਾਨੂੰ 13-14 ਦੀ ਐਵਰੇਜ ਦਿਓ। ਉਹ 'ਚ ਇਹਨਾਂ ਨੇ ਪਾਇਲਟ ਨੂੰ ਟਰਮੀਨੇਸ਼ਨ ਭੇਜ ਦਿੱਤੇ ਵੀ ਸਾਨੂੰ ਐਵਰੇਜ ਦੀ ਮਤਲਬ ਹੈ ਬਸ। ਇਹ ਕੰਮ ਸਰਵਿਸ ਤਾਂ ਬਹੁਤ ਲੰਬੇ ਸਮੇਂ ਤੋਂ ਕਰਵਾਉਂਦੇ ਆ, ਤਾਂ ਕੰਮ ਵੀ ਇਹ ਕੋਈ ਪ੍ਰੋਪਰ ਏਜੰਸੀ ਵਗੈਰਾ ਤੋਂ ਨਹੀਂ ਕਰਾਉਂਦੇ, ਅਦਰ ਕੋਈ ਮਿਸਤਰੀ ਲੈ ਕੇ ਸਿਰਫ ਟੈਂਪਰੇਰੀ ਕੰਮ ਕਰਾ ਰਹੇ ਆ। ਸਰ ਇਹ ਐਕਚੁਲੀ ਨਾ ਕੰਪਨੀ ਜਿਹੜੀ ਨੂੰ ਠੇਕਾ ਮਿਲਿਆ 108 ਐਂਬੂਲੈਂਸ ਸਰਵਿਸ ਚਲਾਉਣ ਦਾ, ਇਹ ਲਗਾਤਾਰ ਮੁਲਾਜ਼ਮਾਂ ਨੇ ਧੱਕੇਸ਼ਾਹੀ ਕਰ ਰਹੀ ਹੈ ਅਤੇ ਪੰਜਾਬ ਸਰਕਾਰ ਨੂੰ ਚੂਨਾ ਲਾ ਰਹੀ ਹੈ ਕੰਪਨੀ। ਮੰਗਾਂ ਸਾਡੀਆਂ ਇਹ ਹੈ ਜੀ, 2010 ਤੋਂ ਕੰਪਨੀ ਸਰਵਿਸ ਚਲਾ ਰਹੀ ਹੈ ਅਤੇ ਉਸ ਤੋਂ ਜੋ ਸੈਲਰੀ ਉਦੋਂ ਦੀ ਮਿਲ ਰਹੀ ਉਹੀ ਹੁਣ ਮਿਲ ਰਹੀ ਹੈ, ਅਤੇ ਸਾਨੂੰ ਕੋਈ ਇੰਕਰੀਮੈਂਟ ਨਹੀਂ ਮਿਲ ਰਿਹਾ ਹੈਗਾ। ਅਤੇ ਜੇ ਕੋਈ ਕਿਸੇ ਤੋਂ ਮਾੜੀ ਮੋਟੀ ਕੋਈ ਗਲਤੀ ਹੁੰਦੀ ਹੈ ਉਹਦੇ ਵਿੱਚ ਕੰਪਨੀ ਦੂਰ ਦੀਆਂ ਬਦਲੀਆਂ ਕਰ ਰਹੀ ਜਾਂ ਟਰਮੀਨੇਸ਼ਨਾਂ ਕਰ ਰਹੀ ਹੈ। ਕੰਪਨੀ ਕਹਿ ਰਹੀ ਹੈ ਡਰਾਈਵਰਾਂ ਨੂੰ ਤੁਸੀਂ ਐਵਰੇਜ ਦਿਓ, ਕਿਉਂਕਿ ਐਂਬੂਲੈਂਸ ਦੀ ਕੋਈ ਐਵਰੇਜ ਨਹੀਂ ਹੋ ਸਕਦੀ ਗੀ। ਸਰ ਕੁਛ ਮੀਟਿੰਗਾਂ ਹੋਈਆਂ ਪਰ ਕੰਪਨੀ ਲਗਾਤਾਰ
ਆਪਣਾ ਕੰਪਨੀ ਹਰ ਵਾਰ ਮੀਟਿੰਗ ਬੁਲਾ ਕੇ ਉਸ 'ਤੇ ਕੋਈ ਠੋਸ ਕਦਮ ਨਹੀਂ ਉਠਾਉਂਦੀ ਗਈ, ਲਗਾਤਾਰ ਸਾਨੂੰ ਲਾਰੇ ਲੱਪੇ ਲਾ ਰਹੀ ਹੈ। ਐਕਚੁਅਲੀ ਸਰ ਜਿਹੜਾ ਗਿਣਤੀ ਵੱਧਦੀ ਘੱਟਦੀ ਰਹਿੰਦੀ ਹੈ, ਕੋਈ ਗੰਡੀ ਕੰਡਮ ਲਗਭਗ 70 ਦੇ ਕਰੀਬ ਕੰਡਮ ਗੱਡੀਆਂ ਜਿਹੜੀਆਂ ਪੰਜਾਬ ਚੱਲ ਰਹੀਆਂ ਅਤੇ ਕੰਡਮਾਂ ਦਾ ਵੀ ਪੈਸਾ ਖਾ ਰਹੀ ਆ, ਕਈ ਗੱਡੀਆਂ 'ਤੇ ਜਿਵੇਂ ਖੜ੍ਹੀ ਆ ਉਹਨਾਂ 'ਤੇ ਵੀ ਸਰਕਾਰ ਤੋਂ ਪੈਸਾ ਲੈ ਰਹੀ ਆ ਪਰ ਸਰਵਿਸ ਨਹੀਂ ਪ੍ਰੋਵਾਈਡ ਕਰਵਾ ਰਹੀ ਲੋਕਾਂ ਨੂੰ। ਇਹ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸਾਡੀ ਸ਼ੁਰੂ ਹੋਈ ਹੈ, ਬਾਕੀ ਜ਼ਿਲ੍ਹਿਆਂ 'ਚ 23 ਤਰੀਕ ਤੋਂ ਚੱਲ ਰਹੀ ਸੀਗੀ ਅਤੇ ਆਪਣੇ ਮੁਕਤਸਰ ਜ਼ਿਲ੍ਹੇ ਨੇ ਅੱਜ ਤੋਂ ਉਹਨਾਂ ਦੇ ਸਮਰਥਨ 'ਚ ਭੁੱਖ ਹੜਤਾਲ ਸ਼ੁਰੂ ਕੀਤੀ ਹੈ।